ਅਸਲੇ ਬਰਾਮਦ ਹੋਏ ਖੰਨਾ ਪੁਲਿਸ ਨੂੰ। ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ ਐਕਟ ਦੀ ਰਿਕਵਰੀ ਹੈਗੀ ਹੈ। ਇਹਦੇ 'ਚ ਬੇਸਿਕਲੀ ਅਸਲੇ ਰਾਹੀਂ ਇਹਨਾਂ ਨੇ ਲੜਾਈ ਝਗੜਾ ਕਰਨਾ ਸੀਗਾ, ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ, ਜੋ ਫੋਕਲ ਪੁਆਇੰਟ ਖੰਨਾ 'ਚ ਸਾਡੀ ਪੁਲਿਸ ਪਾਰਟੀ ਮੌਜੂਦ ਸੀ। ਜਦੋਂ ਸਾਨੂੰ ਗੋਬਿੰਦਗੜ੍ਹ ਸਾਈਡ ਤੋਂ ਤਿੰਨ ਨੌਜਵਾਨ ਆਉਂਦੇ ਨਜ਼ਰ ਆਏ, ਉਹਨਾਂ ਨੂੰ ਸ਼ੱਕ ਦੇ ਬਿਨਾਂ 'ਤੇ ਰਾਊਂਡ ਰੋਕਿਆ ਗਿਆ ਅਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ, ਤਾਂ ਉਹਨਾਂ ਨੇ ਦੱਸਿਆ, ਇੱਕ ਨੇ ਆਪਣਾ ਨਾਂ ਅਰਸ਼ਦੀਪ ਸਿੰਘ ਉਰਫ ਬਿੱਲਾ, ਰਹਿਣ ਵਾਲਾ ਵਾਸੀ ਜੈ ਸਿੰਘ ਵਾਲਾ, ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਦਾ ਦੱਸਿਆ। ਦੂਜਾ ਵਿਅਕਤੀ ਜਗਸੀਰ ਸਿੰਘ ਉਰਫ ਅਜੇ ਉਰਫ ਕਾਟਾ, ਇਹ ਵੀ ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਦਾ। ਔਰ ਤੀਜਾ ਵਿਅਕਤੀ ਦਾ ਨਾਂ ਡਿਪਟੀ ਸ਼ਰਮਾ ਉਰਫ ਜਾਨੂ, ਅਗੇਨ ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਦੱਸਿਆ। ਇਹਨਾਂ ਦੀ ਜਦੋਂ ਫਿਜ਼ੀਕਲ ਫਿਸਕਿੰਗ ਕੀਤੀ ਗਈ, ਚੈਕਿੰਗ ਕੀਤੀ ਗਈ, ਤਲਾਸ਼ੀ 'ਚ ਇਹਨਾਂ ਤੋਂ ਜਿਹੜਾ ਅਰਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ। ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ 'ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ, ਐਂਡ ਡਿਪਟੀ ਸ਼ਰਮਾ ਪਾਸੋਂ ਵੀ ਇੱਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ। ਇਸ ਬਿਹਾਫ 'ਤੇ ਇਹਨਾਂ ਤਿੰਨਾਂ 'ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25-54-59 ਅਸਲਾ ਐਕਟ ਥਾਣਾ ਸਿਟੀ 1 ਦਰਜ ਕੀਤਾ ਗਿਆ। ਔਰ ਜਦੋਂ ਉਹਨਾਂ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਇਹ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਹੈ ਇਹ ਜਿਹੜਾ ਅਸਲਾ ਹੈ ਲੈ ਕੇ ਆਏ ਸੀਗੇ, ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸੀਗੀ, ਦੁਸ਼ਮਣੀ, ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ 'ਚ ਇਹਨਾਂ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ 'ਚ ਯੂਜ਼ ਕਰਨਾ ਸੀਗਾ। ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੀ ਮੁਸਤੈਦੀ ਨਾਲ ਪ੍ਰੀਐਮਟ ਕੀਤਾ, ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਪਲਾਨ ਸੀਗੇ। ਅਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਰਸ਼ਦੀਪ ਔਰ ਜਗਸੀਰ ਹੈ ਦੋਨਾਂ 'ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ। ਅਰਸ਼ਦੀਪ 'ਤੇ ਆਲਰੇਡੀ ਅਰਾਊਂਡ 7 ਮੁਕੱਦਮੇ ਦਰਜ ਹੈਗੇ ਲੜਾਈ ਝਗੜੇ ਦੇ, ਲੁੱਟਾ ਖੋਹਾਂ ਦੇ, ਅਸਲੇ ਦਾ, ਔਰ ਜਿਹੜਾ ਮੋਬਾਈਲ ਜੇਲ੍ਹ 'ਚ ਮੋਬਾਈਲ ਲੈ ਕੇ ਜਾਂਦੇ, ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ 'ਚ ਹੈਗੇ, ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ 'ਤੇ ਆਇਆ ਸੀਗਾ ਜੇਲ੍ਹ ਤੋਂ। ਔਰ ਜਿਹੜਾ ਜਗਸੀਰ ਹੈ ਇਹਦੇ 'ਤੇ ਵੀ ਪਹਿਲਾਂ 2 ਪਰਚੇ ਦਰਜ ਹੈਗੇ ਜੀ, ਮੋਗਾ ਜ਼ਿਲ੍ਹੇ 'ਚ, ਇੱਕ ਐਨਡੀ ਦਾ ਹੈਗਾ ਔਰ ਇੱਕ 302-307, ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ। ਅਤੇ ਜਿਹੜਾ ਡਿਪਟੀ ਸ਼ਰਮਾ ਹੈ ਇਹਦੇ 'ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ। ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ 'ਚ 3 ਦੇਸੀ ਪਿਸਟਲ ਬਰਾਮਦ ਹੋਏ ਔਰ 4 ਮੈਗਜ਼ੀਨਸ ਬਰਾਮਦ ਹੋਏ। ਇਹ ਜੀ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ, ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਹੈ। ਮੈਨੂੰ ਕਿਸੇ ਗੈਂਗਸਟਰ ਨਾਲ ਸਾਹਮਣੇ ਆ ਜਿਸ ਤਰ੍ਹਾਂ ਇਹਦਾ ਛੋਕੜ ਵੀ ਹੈ, 7 ਮੁਕੱਦਮੇ ਦਰਜ ਨੇ ਅਰਸ਼ਦੀਪ ਦੇ ਜੀ। ਸੀ ਗੈਂਗਸਟਰ ਦਾ ਅਸੀਂ ਰਿਮਾਂਡ 'ਚ ਡੂੰਘਾਈ ਨਾਲ ਦੇਖਾਂਗੇ, ਬਟ ਅਦਰਵਾਈਜ਼ ਇਹ ਵਨਬੀ ਕ੍ਰਿਮੀਨਲਸ ਤਾਂ ਹੈਗੀ ਹੈ, ਜਿਸ ਤਰ੍ਹਾਂ ਇਹਦੀਆਂ ਗੱਲਾਂ ਕਰਦੇ ਹੋ, ਜੋ ਇਹਨਾਂ ਦੀ ਪਲੈਨਿੰਗ ਸੀ ਕਿ ਅਸੀਂ ਮੱਧ ਪ੍ਰਦੇਸ਼ ਤੋਂ ਵੈਪਨ ਅੱਗੇ ਆਪਣੇ ਨਿੱਜੀ ਰੰਜਿਸ਼ 'ਚ ਯੂਜ਼ ਕਰਨੇ ਸੀ ਕਿਸੇ ਨੂੰ ਮਾਰਨ ਲਈ,